बिस्मिल्लाहिर्रहमानिर्रहीम बिस्मिल्लाम असलम की हाल है और ठीक हो आज मैं गल करनी है आज साढ़े एक अनाउंसर भाई ने जख्मी साहब सज्जाद अकबर जख्मी साहब मेरा ख्याल सॉरी अगर ना ना सही मैं प्रोनाउंस कर सकता उस तो पहला गल सुना बार रमज़ान आ गया रमज़ान के महीने ਅ ਮੂਮੈਂ ਸਾਡਾ ਨਾ ਸਿਸਟਮ ਹੈ ਹਿੰਦੂਤ ਹੋਇਆ ਹੈ ਵੀ ਮੈਂ ਪਹਿਲਾਂ ਦਾ ਸਟੋਰੀ ਇਹਨਾਂ ਦੇ ਨਾਤੇ ਬਾ ਭਜਨ ਗਾਦੇ ਨਾ ਮਜ਼ਬਤੋ ਸ਼ੁਰੂ ਕਰਦੇ ਨ ਕੋਈ ਵੀ ਸ਼ਾਇ ਪੜੋ ਤੇ ਸਾਡੇ ਵਿਚ ਲੋਕੋ ਜਹਣ ਚੀਜ਼ਾਂ ਰਸਮਾਂ ਤੇ ਦੁਕਾਨਦਾਰ ਜਿੱਤਨੇ ਮੈਂ ਅਕਸਰ ਵੇਖ ਕੇ ਨਾ ਮੁਹੰਮਦ ਪੜਵਉਂਦੀਆਂ ਤਲਾਵਤ ਲਾਣੀ ਥੋੜੀ ਦੇਰ ਉਸ ਤੋਂ ਬਾਅਦ ਕਵਾਲੀ ਸ਼ੁਰੂ ਕਰ ਦੇਣੀ ਥੋੜੀ ਦੇਰ ਕਵਾਲੀ ਕੁਝ ਘੰਟੇ ਸੁਣਨੀ ਤੇ ਮਉਣ ਜੂ ਇਛਾ ਵੇਲਾ ਹੋਣਾ ਜੜ ਬੋਣੀ ਸੁਣੀ ਹੋ ਜਾਣੀ ਮਉਣ ਗਾਣੇ ਸਾਰੀ ਦਿਹਾੜ ਮਉਣ ਗਾਣੇ ਚੱਲਦੇ ਸੇਮ ਇਸੇ ਤਰ੍ਹਾਂ ਸਾਡਾ ਕਨਸੈਪਟ ਹੈ ਬਾ ਪੂਰਾ ਸਾਲ ਗਾਣੇ ਛਾਣੇ ਸੁਣੋ ਮौजਾ ਕਰੋ ਰਮਜ਼ਾਨ ਵਿੱਚ ਨਾ ਥੋੜਾ ਜਿਆ ਨਾ ਗਾਣਿਆਂ ਤੋਂ ਹੱਥ ਥੋਲਾ ਰੱਖ ਲੈਨੇ ਆ ਬਸ ਸਾਈ ਬਸੇ ਦੇ ਡਰਾਈਵਰੇ ਰੰਪੜਾ ਰੋਜ਼ਾ ਗਾਣੇ ਲਾਇ ਭੁੱਲ ਗਿਆ ਉਹਨੂੰ ਨਾ ਚੇਤਤ ਰਿਹਾ ਸਵਾਰੀਆਂ ਨੇ ਇਤਰਾਜ਼ ਕੀਤਾ ਕੁੜੀਏ ਗਏ ਬੰਦੇ ਉਹਨਾਂ ਆਖਿਆ ਬਤੈ ਨਹੀਂ ਸ਼ਰਮ ਤੈਨੂੰ ਪਤਾ ਕੋਈ ਨਹੀਂ ਰਮਜ਼ਾਨ ਹੈ ਤੂੰ ਮਤਲਬ ਇੱਥੇ ਗਾਣੇ ਲਾਇ ਉਹ ਸੁਣਨ ਮਾਜ਼ਰਤ ਕੀਤੀ ਔਰਤوں ਦੇ ਕੋਲ ਕਿ ਸਟਾਈ ਕੋ ਨਾ ਤੋਈ ਕਵਾਲੀ ਦੀਆਂ ਕਿਸਟਾਣ ਉਸ ਪਹਿਲੀ ਕਵਾਲੀ ਲਾਈ ਅਜ਼ੀਜ਼ ਮੀਆਂ ਦੀ ਸ਼ਰਾਬੀ ਮੈਂ ਸ਼ਰਾਬੀ ਬੰਦੇ ਚੋਪ ਗਾਰੇ ਸੁਣ ਲਾਪਾ ਮੂਨੇ ਉਸ ਗਾਣਾ ਬਦਲਿਆ Nusrat ਦੀ ਉਸ ਲਾਈ ਤੇ ਅੱਗੇ ਗਜ਼ਲ ਤੇ ਉਹ ਸ਼ੁਰੂ ਹੋਈ ਇਹ ਜੋ ਹਲਕਾ ਕਾ ਸਰੂਰ ਹੈ ਉਹ ਵੀ ਸ਼ਰਾਬ ਦੇ ਬਾਰੇ ਲੇਕਿਨ ਵਾਹ ਮਸਤ ਹੈ ਵਾਹ ਮਸਤ ਹੈ ਉਹ ਸੌਂ ਰਹੇ ਚਸ ਲੈ ਰਹੇ ਉਹਨਾਂ ਨੇ ਇਹ ਨਹੀਂ ਪਤਾ ਬੜਡਿੰਗ ਕੀ ਇਹ ਜਾਂ ਇਹ ਉਸ ਗਾਣੇ ਤੋਂ ਵੀ ਗਲਤ ਚੀਜ਼ਾਂ ਨੇ ਜਿਹੜੀਆਂ ਰੋਜ਼ਾਂ ਚ ਸੁਣਨੇ ਆ ਬੜੂਨਾਂ ਲੱਗਿਆ ਕਵਾਲੀ ਲੱਗੀ ਹੈ ਕੋਈ ਚੰਗੀ ਗੱਲ ਹੋ ਸੀ ਸੇਮ ਹੈ ਇਸੇ ਤਰ੍ਹਾਂ ਸਾਡੀ ਜਿਹੜੀ ਆਡੀਅנס ਹੁੰਦੀ ਏ ਮੇਰੇ ਸਮੇਤ ਮੈਂ ਤੇ ਬਣਾਣਾ ਅਕਸਰ ਹੀ ਮੋٹے ਦਿਮਾਗ ਦੇ ਹੁੰਦੇ ਨੇ ਉਹ ਗੱਲ ਦੀ ਏਡੀ ਬਰੀਕੀ ਤੇ ਜਾਂਦੇ ਨਹੀਂ ਤੇ ਜਾਂ ਕਦੀ ਕਦੀ ਕੋਈ ਬੰਦੇ ਬਿਲਕੁਲ ਗਲਤ ਗੱਲ ਤੁਸਾਂ ਨੂੰ ਜੋ ਕੀਤੀ ਨਹੀਂ ਹੁੰਦੀ ਜਿਵੇਂ ਉਸ ਨੂੰ ਲੈ ਲੈਂਦੇ ਹੁਣ ਮੈਂ ਆਜਾ ਆਪਣੇ ਮੇਨ ਟਾਪਿਕ ਤੇ ਜਿਹੜੇ ਸਾਡੇ ਭਾਈ ਨਜ਼ਕਮੀ ਸਾਹਿਬ ਇਹਨਾਂ ਦੀ ਨਾ ਇੱਕ ਆਈਡੀਓ ਟਿਕਟੌਕ ਤੇ ਬੜੀ ਮਸ਼ਹੂਰ ਹੋਏ ਉਹ ਹਲੋ ਹਲੋ ਇੱਕ ਵਾਰੀ ਮੌਨ ਚੱਲਣ ਦੇ ਵਾ ਚੱਲਣ ਦੇ ਵਾ ਮੈਨ ਮੈਨੂੰ ਸਵਾਜ਼ ਬੜਾ ਅਟਰੈਕਟ ਕੀਤਾ ਮੈਂ ਉਹ ਸਰਚ ਕਰਨ ਲੱਪਿਆ ਬਈ ਰੀਅਲ ਵੌਇਸ ਕੀ ਦੀਏ ਮੈਂ ਪਤਾ ਲਗਿਆ ਜ਼ਖਮੀ ਸਾਹਿਬ ਦੀ ਮੈਂ ਜ਼ਖ ਉਸਨੇ ਮੈਂ ਜੇ ਕੋਈ ਐਡਾ ਸੋਸ਼ਲ ਮੀਡੀਆ ਸਟਾਰ ਕੋਈ ਨਾ ਮੇਰੀ ਵੀਡੀਓ ਮੈਂ ਜ਼ਖਮੀ ਸਾਹਿਬ ਨੂੰ ਸਰਚ ਸ਼ੁਰੂ ਕਰ ਦਿੱਤੀ ਤੇ ਮੈਨ ਬੜਾ ਮਜ਼ਾ ਆਇਆ ਉਹਨਾਂ ਦੇ ਦੋੜੇ ਸੁਣ ਕੇ ਉਹਨਾਂ ਦੀਆਂ ਗੱਲਾਂ ਸੁਣ ਕੇ ਉਹਨਾਂ ਦਾ ਸਟਾਈਲ ਵੇਖ ਕੇ ਮੈਂ ਕਹਾ ਬੰਦਾ ਫੁੱਲ ਲਾਈਫ ਹੈ ਦਿਲੋਂ ਬੋਲਦਾ ਤੇ ਬਿਲਕੁਲ ਇਹਦੇ ਦਿਮਾਗ ਦੇਲੇ ਜੋ ਹੁੰਦਾ ਉਹ ਹੀ ਬੋਲਦਾ ਖੁੱਲ ਕੇ ਬੋਲਦਾ ਤੇ ਬੜਾ ਨਡਾਰ ਬੰਦਾ ਮਉਣ ਮੇਰਾ ਲਗਾਓ ਬੜਾ ਮਾਰ ਸਾਹਿਬ ਨਾਲ ਭੱਟੀ ਸਾਹਿਬ ਨਾਲ ਸ਼ਾਇਰਾ ਨਾਲ ਬਰਾਵਾ ਨਾਲ ਤੇ ਉਹ ਇਹਦਾ ਮੈਂ ਉਹਨਾਂ ਨਾਲ ਵੀ ਲਿੰਗ ਰਾਈ ਸਾਹਿਬ ਨਾਲ ਸਾਰਿਆਂ ਸ਼ਾਇਰਾ ਨਾਲ ਵੇਖ ਕੇ ਮੈਨੂੰ ਬੜਾ ਪਸੰਦ ਆਇਆ ਬੜਾ ਅੱਛਾ ਅਨਾਉਂਸਰ ਹੈ ਵਾਲੀਵਾਲ ਦਾ ਔਰ ਬੜਾ ਅੱਛਾ ਔਰ ਹੈਵੀ ਹਕੀਕਤਨ ਇੱਕ ਸਟਾਰ ਹੈ ਇੱਕ ਮਤਲਬ ਬਹੁਤ ਵੱਡਾ ਬੰਦਾ ਬਹੁਤ ਵੱਡਾ ਇਨਸਾਨ ਹੈ ਔਰ ਮੈਂ ਤਾਂ ਇੱਕ ਹੋਰ ਗੱਲ ਦਸੀ ਚੱਲਦਾ ਜਿਹੜੇ ਸ਼ਾਇਰ ਹੁੰਦੇ ਨੇ ਨਾ ਤੇ ਜਾਂ ادیਬ ਹੁੰਦੇ ਨੇ ਜਾਂ ਕੋਈ ਵੀ ਉਹ ਦੂਜਿਆਂ ਬੰਦਿਆਂ ਤੋਂ ਕੋਈ ਸਟੈਪ ਉੱਤੇ ਹੁੰਦੇ ਨੂੰ ਉਹਦੇ ਸੋਚਣੇ ਦਾ ਅੰਦਾਜ਼ ਉਹਨਾਂ ਦਾ ਇਹ ਤਰੀਕਾ ਕਰ مختلف ਹੁੰਦਾ ਉਹ ਅੱਲਾਹ ਦੀ ਉਹਨਾਂ ਨੇ ਦੇਣ ਹੁੰਦੀ ਉਹਨਾਂ ਚੋਂ ਇਹ ਵੀ ਬੰਦਾ ਇੱਕ ਹੈ ਲੇਕਿਨ ਕਦੀ ਕਦੀ ਸਾਡੇ ਨਾਲ ਗਲਤੀ ਕੀ ਹੋ ਜਾਂਦੀ ਮੇਰੇ ਸਮੇਤ ਮੈਂ ਆਪੇ ਤੋਂ ਹੀ ਸ਼ੁਰੂ ਕਰਾਂ ਮਸਲਨ ਮੈਂ ਮੰਡੀ ਬਹਾਉਦੀਨ ਜਾਂ ਆਪਣੇ ਇਲਾਕੇ ਦੇ ਬਾਰੇ ਜੋ ਵੀ ਗੱਲਾਂ ਕਰਨਾ ਆਪਣੇ ਬੇਲੀਆਂ ਵਿੱਚ ਆਪਣੀ ਕੰਪਨੀ ਵਿੱਚ ਲੋਕੀ ਹੱਸਦੇ ਨੇ ਇੰਜੋਏ ਕਰਦੇ ਨੇ ਮੇਰੇ ਦੋਸਤ ਨੇ ਉਹ ਮੈਨੂੰ ਅੰਡਰਸਟੈਂਡ ਕਰਦੇ ਨੇ ਤੇ ਉਹ ਬਿਲਕੁਲ ਮੇਰੀ ਗੱਲ ਦਾ ਇਤਰਾਜ਼ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਮੇਰੀ ਨੀਅਤ ਨਹੀਂ ਖਰਾਬ ਮੈਂ ਇਹ ਸ਼ੁਗਲ ਤੋਂ ਗੱਲ ਕਰ ਰਿਹਾ ਸੇਮ ਹੀ ਇਸੇ ਤਰ੍ਹਾਂ ਜ਼ਖਮੀ ਸਾਹਿਬ ਆਪਣੇ ਜਿਸਲੇ ਗਰੁੱਪ ਚ ਹੁੰਦੇ ਨੇ ਆਪਣੇ ਖਾਸ ਬੰਦਿਆਂ ਚੋਂ ਨੇ ਜਿਹੜੇ ਉਹ ਅੰਡਰਸਟੈਂਡ ਕਰਦੇ ਨੇ ਤੋ ਜੋ ਵੀ ਗੱਲ ਕਰਦੇ ਮੈਨੂੰ ਪਤਾ ਹੁੰਦਾ ਬਾਏ ਦਾ ਕੀ ਮਤਲਬ ਹੈ ਲੇਕਿਨ ਮਸਲਾ ਮੇਰੇ ਸਮੇਂ ਜਿਵੇਂ ਮੇਰੀ ਪਹਿਲੀ ਮੰਡੀ ਵਾਲੀ ਵੀਡੀਓ ਜ਼ਖਮੀ ਸਾਹਿਬ ਨਾਲ ਇਹ ਹੋਇਆ ਬਜਟ ਲਈ ਇੱਕ ਅਸੀਂ ਵੱਡੇ ਮੰਚ ਤੇ ਬੈਠੇ ਹੁੰਨੇ ਆ ਜਿਦੇ ਲਈ ਅਸੀਂ ਇੱਕ ਅਨਾਉਂਸ ਹਜ਼ਾਰਾਂ ਦੀ ਤਦਾਦ ਉੱਥੇ ਬੰਦੇ ਵਾਲੀ ਵਾਲ ਦੇ ਮੈਚ ਤੇ ਨੇ ਤੇ ਮਨ ਜ਼ਖਮੀ ਸਾਹਿਬ ਜਿਦ ਲਈ ਕਾਦੀ ਆਜ਼ਮ ਦੇ ਖਲਾਅ ਗੱਲ ਕਰਨ ਤੂੰ ਮਨ ਬੜੀ ਬੰਦਿਆਂ ਲੱਗਦੀ ਮੈਂ ਇਸ ਟਾਪਿਕ ਨੂੰ ਕਿਉਂ ਛੜਿਆ ਭਾਈ ਮੈਂ ਹਜ਼ਾਰਾਂ ਦੀ ਤਦਾਦ ਚੋਂ ਮੈਸੇਜ ਆ ਰਹੇ ਨੇ ਬਾਰ ਬਾਰ ਵੀਡੀਓ ਸੈਂਡ ਕੀਤੀ ਜਾ ਰਹੀ ਹੁਣ ਸੋਸ਼ਲ ਮੀਡੀਆ ਤੇ ਉਹਨਾਂ ਦੇ ਨਾਤੇ ਮੇਰਾ ਇਹ ਫਰਜ਼ ਵੀ ਹੁਣ ਬੋਲਣਾ ਉਦੋਂ ਜ਼ਖਮੀ ਵੀ ਮੇਰਾ ਫੇਵਰਟ ਹੈ ਔਰ ਮੈਂ ਅਜੇ ਵੀ ਉਹਦੀ ਨੀਅਤ ਤੇ ਸ਼ੱਕ ਨਹੀਂ ਕਰਦਾ ਉਸ ਜੋ ਵੀ ਗੱਲ ਕੀਤੀ ਹੈ ਉਹਦਾ ਪਰਸਨਲ ਵਿਊ ਪੁਆਇੰਟ ਹੈ ਔਰ ਕਿਸੇ ਲਾਈਕ ਕਰਨਾ ਜਾਂ ਲਾਈਕ ਨਾ ਕਰਨਾ ਇੱਕ ਬੰਦੇ ਦੀ ਆਪਣੀ ਚਾਇਸ ਹੈ ਮਸਲਾ ਉਸ ਲਈ ਹੋ ਜਾਂਦਾ ਜਦੋਂ ਤੁਸੀਂ ਏਡੇ ਵੱਡੇ ਮਜਮੇ ਚ ਗੱਲ ਕਰੋ ਕਿਸੇ ਬੰਦੇ ਦੇ ਖਿਲਾਫ ਔਰ ਉਸ ਬੰਦੇ ਰਾਜ ਲਾਈਕ ਕਰਨ ਵਾਲੇ ਹੋਣ ਉਹਨਾਂ ਦੀਆਂ ਫੀਲਿੰਗਸ ਹਟ ਹੁੰਦੀਆਂ ਇਹ ਹੀ ਮਜ਼ਬ ਚੋਈ ਮਾਮਲਾ ਹੈ ਮੈਂ ਸ਼ੀਆ ਸੁੰਨੀਆਂ ਵਾਬੀਆਂ ਜੋ ਵੀ ਆ ਲੇਕਿਨ ਜੇ ਤਰ ਮੈਂ ਆਪਣੇ ਸਟੇਜ ਤੇ ਆਪਣੇ ਪੇਜ ਤੇ ਬਹਿ ਕੇ ਤੇ ਕਿਸੇ ਇੱਕ ਹੀ ਫਿਰਕੇ ਦੇ ਖਿਲਾਫ ਗੱਲ ਕਰਾਂ ਦਾ ਜਾਂ ਇੱਕ ਹੀ ਮਜ਼ਹਬ ਦੇ ਖਿਲਾਫ ਤੇ ਉਹ ਉਹਨਾਂ ਦੀਆਂ ਫੀਲਿੰਗ ਹਟ ਹੋਣ ਦੀਆਂ ਇਸ ਵਾਸਤੇ ਬੰਦਾ ਜਦੋਂ ਮਸ਼ਹੂਰ ਹੋ ਜਾਂਦਾ ਹੈ ਤਾਂ ਬੰਦੇ ਉੱਤੇ ਆਟੋਮੈਟਿਕਲੀ ਚਾਵੇ ਨਾ ਚਾਵੇ ਕੋ ਜਿਹੜੇ ਤੇ ਜ਼ਿੰਮੇਦਾਰੀਆਂ ਪੈ ਜਾਂਦੀਆਂ ਜਿਹਦੇ ਚ ਆਪਣੇ ਨੈਸ਼ਨਲ ਹੀਰੋ ਆਪਣੀਆਂ ਫੌਜਾਂ ਆਪਣੇ ਅਦਾਰੇ ਉਹਨਾਂ ਦੇ ਖਿਲਾਫ ਗੱਲ ਨਹੀਂ ਕਰਨੀ ਚਾਹੀਦੀ ਕਿਉਂਕਿ ਮਨ ਬੰਦੇ ਉਹਨਾਂ ਲਾਈਕ ਕਰਦੇ ਨੇ ਉਹਨਾਂ ਦੀਆਂ ਫੀਲਿੰਗ ਹਰਟ ਹੁੰਦੀਆਂ ਨਾ ਔਰ ਨਾ ਚਾਹਦੇ ਹੋਇਆ ਤੁਸੀਂ ਇਹ ਗਲਤ ਚੀਜ਼ ਕਰਦੇ ਹੋ ਹੁਣ ਤੱਕ ਮਿਸਾਬ ਅੱਗੇ ਵੀ ਮੈਂ ਇਹ ਹੀ ਕਹਿੰਦਾ ਬਸ ਹਰ ਉੱਥੇ ਹੁਣ ਅਨਾਊਂਸਮੈਂਟ ਚ ਤੁਹਾਡੇ ਵੀ ਸਾਰੇ ਫੈਨ ਨੇ ਹੁਣ ਉਹ ਕਹਿੰਦੇ ਆਜ਼ਮ ਦੇ ਵੀ ਫੈਨ ਨੇ ਤੁਹਾਡੀ ਗੱਲੇ ਤੋੜੋ ਹਰਟ ਹੋਏ ਉਹਨੂੰ ਨਾ ਕੀ ਕਰੀਏ ਮਤਲਬ ਉਹ ਮੈਨ ਸੈਂਡ ਕਰਿਆ ਆ ਰਹੇ ਯਾਰ ਜ਼ਿਆਤੀ ਹੋਈ ਹੈ ਔਰ ਦੂਜੀ ਗੱਲ ਇਹ ਵੀ ਇਹ ਬਾ ਕੋਈ ਸ਼ਰਾਬ ਪੀਵੇ ਕੋਈ ਗਲਤ ਗਾਮ ਕੰਮ ਕਰੇ ਜੋ ਵੀ ਉਹਦਾ ਪਰਸਨਲ ਮੈਟਰ ਹੈ ਕਦੇ ਆਜ਼ਮ ਜੋ ਵੀ ਕਰਦਾ ਹੈ ਲੇਕਿਨ ਹਕੀਕਤ ਇਹ ਨਾ ਤੋਹਫਾ ਤੇ ਬੜਾ ਵੱਡਾ ਦਿੱਤਾ ਸਣਾ ਲੜਿਆ ਤੇ ਹੈ ਨਾ ਸਾਡੇ ਵਾਸਤੇ ਇਤਨਾ ਵੱਡਾ ਇੱਕ ਕੈਰੇਕਟਰ ਇਤਨੀ ਉਹ ਤੇ ਕਿਤਾਬਾਂ ਲਿਖੀਆਂ ਸ਼ਰਾਬ ਤੇ ਗੋਰੇ ਵੀ ਸਾਰੇ ਬੜੇ ਪੀਂਦੇ ਨ ਪਰ ਇਮਾਨਦਾਰ ਬੜੇ ਨ ਕਮੇ ਨਾਲ ਕਮਿਟਡ ਬੜੇ ਬੰਦੇ ਦੇ ਮੁxtਲਫ ਰੂਪ ਨੇ ਨ ਤੇ ਇਸ ਵਾਸਤੇ ਜ਼ਖਮੀ ਸਾਹਿਬ ਤੁਹਾਡੇ ਗੇ ਰਿਕਵੈਸਟ ਹੈ ਮੇਰੇ ਭਾਈਓ ਮੈਂ ਅੱਗੇ ਆ ਆਪਣਾ ਮੇਰਾ ਸ਼ਾਇਰ ਜਿਹੜਾ ਹੈ ਜਾਇਆ ਮੇਰਾ ਭਰਾ ਉਹਦੇ ਨਾਲ ਮੈਂ ਅੱਗੇ ਕਮਿਟਮੈਂਟ ਕੀਤੀ ਹੈ ਜਦੋਂ ਮੈਂ ਇੰਟਰਵਿਊ ਕਰਨਾ ਤਾਂ ਮੇਰਾ ਅਗਲਾ ਪ੍ਰੋਗਰਾਮ AI ਬਮ ਹੈ ਜ਼ਖਮੀ ਸਾਹਿਬ ਨਾਲ ਆਪਣਾ ਇੰਟਰਵਿਊ ਟੀਵੀ ਉੱਤੇ ਕਰਨਾ ਤੇ ਸਰ ਥੋੜਾ ਜਿਹਾ ਅਵੋਇਡ ਕਰੋ ਮੈਨੂੰ ਪਤਾ ਤੁਹਾਡੀ ਨੀਅਤ ਨਹੀਂ ਸਹੀ ਜਾਂ ਦਵਾਨ ਡਰ ਕੋਈ ਨਹੀਂ ਤੁਸੀਂ ਖੁੱਲ ਕੇ ਬੋਲਣ ਵਾਲੇ ਬੰਦੇ ਹੋ ਬਟ ਸਰ ਲੋਕਾਂ ਦੀਆਂ ਫੀਲਿੰਗ ਹਟ ਹੁੰਦੀਆਂ ਸਨ ਸਾਰਿਆਂ ਇਤਿਹਾਸ ਕਰਨੀ ਚਾਹੀਦੀ ਹੈ ਖਾਸ ਕਰਕੇ ਤੇ ਲੈਸੀ ਮਸ਼ਹੂਰ ਹੋਈ ਹੈ ਤੇ ਰਸਤਮ ਜਾਇਆ ਸਾਹਿਬ ਅੱਗੇ ਮੈਂ ਰਿਕਵੈਸਟ ਕਰਨੀ ਹੈ ਇਹ ਬਦਵਾਨ ਲਿਓ ਮੇਰੇ ਨਾਲ ਟੀਵੀ ਪ੍ਰੋਗਰਾਮ ਕਰਵਾਉਣ ਵੀਡੀਓ ਕਾਫੀ ਲੰਮੀ ਹੋ ਗਈ ਹੈ ਇਨਤਖਸਰ ਹਸਦੇ ਰੋ ਉਜੇ ਆ ਟਾਲਜ ਰੋ ਤੇ ਮੈਂ ਬਿਹਤਰੀਨ ਤਰੀਕਾ ਭਾਈ ਥੋੜਾ ਸਬਰ ਕਰਕੇ ਥੋੜਾ ਜਿਹਾ ਕੋਸ਼ਿਸ਼ ਹੀ ਤੇ ਕੰਟਰੋਲ ਕਰੀਏ ਤੇ ਅੱਛਾ ਹੁੰਦਾ ਵਸਾਲਾ